ਡਾਕਟਰ ਹਮੀਦ ਜੀ ਅਤੇ ਮੇਰੇ ਸਾਰੇ ਹੀ ਮੁਸਲਿਮ ਵੀਰੋ, ਆਪ ਸਭ ਕੋ ਆਜ ਕੇ ਇਸ ਪਵਿੱਤਰ ਦਿਹਾੜੇ ਕੀ ਸ਼ੁਭ ਕਾਮਨਾਏ। ਔਰ ਮੈਂ ਦੁਆ ਕਰਤਾ ਹਾਂ ਕਿ ਆਨੇ ਵਾਲਾ ਸਮਾਂ ਆਪ ਸਭ ਕੇ ਲੀਏ, ਆਪਕੇ ਪਰਿਵਾਰੋਂ ਕੇ ਲੀਏ, ਆਪਕੇ ਬੱਚੋਂ ਕੇ ਲੀਏ ਸ਼ੁਭ ਹੋ ਔਰ ਤਰੱਕੀ ਔਰ ਖੁਸ਼ਹਾਲੀ ਸੇ ਭਰਾ ਹੋ। ਲੇਕਿਨ ਆਜ ਕੇ ਸ਼ੁਭ ਦਿਹਾੜੇ ਪੇ ਮੈਂ ਆਪਕੋ ਇੱਕ ਬਾਤ ਜ਼ਰੂਰ ਕਹਿਣੀ ਚਾਹੂੰਗਾ ਕਿ ਆਪਕੇ ਜੋ ਬੱਚੇ ਹੈ ਉਨਕੋ ਜ਼ਰੂਰ ਪੜ੍ਹਾਏ। ਜਬ ਵੋ ਪੜ੍ਹ ਲਿਖ ਜਾਏਂਗੇ ਤੋ ਵੋ ਆਪਣੇ ਆਪ ਅੱਛਾ ਬੁਰਾ ਮਹਿਸੂਸ ਕਰ ਲੇਂਗੇ, ਕਿਆ ਬੁਰਾ ਹੈ ਕਿਆ ਅੱਛਾ ਹੈ। ਕਿਉਂਕਿ ਪੜ੍ਹਾਈ ਕੇ ਬਿਨਾਂ, ਪੜ੍ਹਾਈ ਕੋ ਵਿਦਵਾਨੋ ਨੇ ਬੋਲਿਆ ਕਿ ਵਿੱਦਿਆ ਮਨੁੱਖ ਕਾ ਤੀਸਰਾ ਨੇਤਰ ਹੈ, ਮਤਲਬ ਹਮਕੋ ਸਭ ਕੁਛ ਕਰਨੇ ਕੇ ਸਾਥ ਸਾਥ ਬੱਚੋਂ ਕੋ ਜ਼ਰੂਰ ਸਿਕਸ਼ਿਤ ਕਰਨਾ ਚਾਹੀਏ ਤਾਂ ਕਿ ਇੱਕ ਅੱਛਾ ਸਮਾਜ, ਅੱਛਾ ਹਮ ਆਪਣਾ ਅੱਛੇ ਦੇਸ਼ ਕੋ ਉਸਾਰ ਸਕੇ। ਇਤਨੀ ਕਿ ਬੇਨਤੀ ਕਰਦੇ ਹੋਏ ਮੈਂ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਕਾ ਸੂਬਾ ਪ੍ਰਧਾਨ ਹੋਣੇ ਕੇ ਨਾਤੇ ਮਜੀਬ ਜੀ ਕੋ, ਡਾਕਟਰ ਅਬਦੁਲ ਹਮੀਦ ਜੀ ਕੋ ਔਰ ਸਭੀ ਜਿਤਨੇ ਵੀ ਮੇਰੇ ਮੁਸਲਮਾਨ ਭਾਈ ਹੈ ਸਭਕੋ ਈਦ ਕੀ ਲਾਖ ਲਾਖ ਮੁਬਾਰਕ ਦੇਤਾ ਹੂੰ ਔਰ ਦੁਆ ਕਰਤਾ ਹੂੰ ਕਿ ਆਗੇ ਸਭ ਅੱਛਾ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।